ਮੈਂ ਹੁਣ ਥੋੜ੍ਹੀ ਜਿਹੀ ਗੱਲ ਹੋਰ ਕਰਨੀ ਚਾਹ ਰਿਹਾ ਸੀ, ਉਹ ਗੱਲ ਕਰਨੀ ਚਾਹੁੰਦਾ ਥੀਏਟਰ ਦੇ, ਥੀਏਟਰ ਦੀ ਇਕਨੋਮਿਕਸ ਬਾਰੇ ਜੀ, ਥੀਏਟਰ ਦੀ ਆਰਥਿਕਤਾ ਬਾਰੇ ਗੱਲ ਮੈਂ ਇਸ ਰੂਪ ਦੇ ਵਿੱਚ ਕਰਨਾ ਚਾਹੁੰਦਾ ਕਿ ਸਾਡਾ ਜਿਹੜਾ ਬਹੁਤਾ ਥੀਏਟਰ ਆ ਉਹ ਦੋ ਚੀਜ਼ਾਂ 'ਤੇ ਆਸ਼ਰਿਤ ਆ, ਜਾਂ ਤਾਂ ਉਹ ਆਸ਼ਰਿਤ ਹੈਗਾ ਕਿ ਕੋਈ ਜਿਹੜਾ ਸਰਕਾਰੀ ਸੰਸਥਾ ਉਹਨੂੰ ਸਪੋਂਸਰ ਕਰਦੇ ਜਾਂ ਸੈਮੀ ਗੌਰਮੈਂਟ ਸਪੋਂਸਰ ਕਰਦੇ, ਉਹਦੇ 'ਚ ਬੰਦਾ ਜਿਹੜਾ ਉਹਦਾ ਧਿਆਨ ਸਪੋਂਸਰਸ਼ਿਪ ਲੱਭਣ 'ਚ ਹੋ ਜਾਂਦਾ ਅਤੇ ਉਹਦਾ ਧਿਆਨ ਲਿਖਣ 'ਚ, ਖੇਡਣ 'ਚ, ਸੈੱਟ ਡਿਜ਼ਾਇਨਿੰਗ 'ਚ ਘੱਟ ਰਹਿੰਦਾ, ਉਹਨੂੰ ਲੱਗਦਾ ਕਿ ਕਿਵੇਂ ਨਾ ਕਿਵੇਂ ਮੈਂ ਸਪੋਂਸਰਸ਼ਿਪ ਹਾਸਲ ਕਰ। ਬਿਲਕੁਲ ਸਹੀ। ਦੂਸਰੇ ਪਾਸੇ ਜਿਹੜਾ ਹੈਗਾ ਉਹ ਇਹ ਕਿ ਬੰਦਾ ਥੀਏਟਰ ਕਰਦਾ ਅਤੇ ਉਹ ਕਹਿੰਦਾ ਕਿ ਵੀ ਮੈਨੂੰ ਸਪੋਂਸਰਸ਼ਿਪ ਉਸ ਤਰ੍ਹਾਂ ਦੀ ਤਾਂ ਨਹੀਂ ਚਾਹੀਦੀ, ਪਰ ਲੋਕ ਮੇਰੇ ਸਪੋਂਸਰ ਨੇ, ਜਿਹੜਾ ਕਮਿਊਨਿਸਟ ਮਾਡਲ ਆ, ਪਰ ਉਹਦੇ ਅਨੁਸਾਰ ਉਹਨੂੰ ਆਪਣੀ ਜਿਹੜੀ ਵਿਚਾਰਧਾਰਾ ਜਾਂ ਜਿਹੜੀ ਉਹ ਆਪਦੇ ਮਨ ਦੀ ਮੌਲਿਕ ਸੋਚ ਆ ਉਹ ਦਬਾ ਕੇ ਪਾਰਟੀ ਜਾਂ ਜਥੇਬੰਦੀ ਅਨੁਸਾਰ ਢਾਲਣਾ ਪੈਂਦਾ ਕਿ ਯਾਰ ਜਥੇਬੰਦੀ ਦੀ ਆਹ ਲੋੜ ਆ। ਅੱਜ ਕੱਲ੍ਹ ਤਾਂ ਉਹ ਕਹਿ ਰਹੇ ਕਿ ਆਪਾਂ ਆਹ ਸਾਲ ਆ ਜਿਹੜਾ ਉਹ ਮਨਾਉਣਾ ਫਲਾਨੇ ਦੇਸ਼ ਭਗਤ ਬਾਰੇ ਜਾਂ ਫਲਾਨੇ ਸ਼ਹੀਦ ਬਾਰੇ, ਇਸ ਕਰਕੇ ਆਪਾਂ ਤਾਂ ਹੁਣ ਉਹੀ ਨਾਟਕ ਖੇਡਣਾ ਪੈਣਾ। ਉਹਦੇ ਮਨ 'ਚ ਕੁਝ ਹੋਰ ਚੱਲ ਰਿਹਾ ਹੋਵੇ। ਇਹ ਦੋ ਸਪੋਂਸਰਸ਼ਿਪ ਤੋਂ ਬਗੈਰ ਜਿਹੜਾ ਉਹ ਚੀਜ਼, ਬੜੇ ਵਾਰੀ ਕੋਸ਼ਿਸ਼ਾਂ ਕੀਤੀਆਂ, ਕੋਈ ਕਿਸੇ ਵੇਲੇ ਹਰਪਾਲ ਟਵਾਣਾ ਨੇ ਕੋਸ਼ਿਸ਼ ਕਰੀ ਸੀ ਕਿ ਵੀ ਮੈਂ ਟਿਕਟ 'ਤੇ ਨਾਟਕ ਦਿਖਾਵਾਂਗਾ, ਉਸ ਤੋਂ ਬਾਅਦ ਵੀ ਬੰਦੇ ਕਈ ਕੋਸ਼ਿਸ਼ਾਂ ਕਰਦੇ ਨੇ, ਆਪਦੇ ਘਰਾਂ 'ਚ ਵੀ ਬੰਦਿਆਂ ਨੇ ਥੀਏਟਰ ਬਣਾਏ, ਪਰ ਹਜੇ ਜਿਹਨੂੰ ਕਹਿੰਦੇ ਦਿੱਲੀ ਦੂਰ ਆ, ਬਹੁਤ ਦੂਰ ਹੈ। ਅਤੇ ਇਸ ਸਥਿਤੀ ਦੇ ਵਿੱਚ ਜਿਵੇਂ ਇਹ ਲੱਗਦਾ ਸੀਗਾ ਕਿ ਹਜੇ ਵੀ ਬੰਦੇ ਫਿਲਮ ਦੇ ਲਈ ਪੈਸੇ ਕੱਢ ਲੈਂਦੇ ਆ, ਫਿਲਮ ਦੇਖਣ ਲਈ ਕੱਢ ਲੈਂਦੇ ਆ, ਨਾਟਕ ਉਦੋਂ ਅੱਧੀ ਟਿਕਟ 'ਤੇ ਵੀ ਨਹੀਂ ਕੱਢਦੇ। ਮਾੜੇ ਮੋਟੇ ਆ ਜਿਹੜੇ ਤਜ਼ਰਬੇ ਨੇ ਨਾ, ਇਹਨਾਂ ਨੂੰ ਕਈ ਵਾਰੀ ਬਹੁਤ ਉਤਸ਼ਾਹ ਨਾਲ ਲਿਆ ਜਾਂਦਾ ਕਿ ਜਿਵੇਂ ਉੱਥੇ ਅੰਮ੍ਰਿਤਸਰ ਜਤਿੰਦਰ ਦਾ ਤਜ਼ਰਬਾ ਹੈਗਾ ਬਰਾੜ ਦਾ, ਲੋਕ ਉਤਸ਼ਾਹ ਨਾਲ ਲੈਂਦੇ ਆ, ਲੈਣਾ ਚਾਹੀਦਾ ਉਤਸ਼ਾਹ ਨਾਲ, ਪਰ ਕੀ ਲੱਗਦਾ ਕਿ ਇਹ ਭਵਿੱਖ ਹੋ ਸਕਣ ਦੀ ਸੰਭਾਵਨਾ ਹੈ ਕਿ ਨਹੀਂ? ਦੇਖੋ ਹੋ ਸਕਦਾ, ਲੇਕਿਨ ਕੀ ਹੈ ਕਿ ਇਹਦੇ ਵਿੱਚ ਨਾ ਦੋ ਬਹੁਤ ਵੱਡੀਆਂ ਪ੍ਰੋਬਲਮਸ ਨੇ। ਇੱਕ ਤਾਂ ਇਹ ਹੈ ਕਿ ਪੰਜਾਬੀ ਦਰਸ਼ਕਾਂ ਦੇ ਸੁਭਾਅ ਦਾ ਹਿੱਸਾ ਥੀਏਟਰ ਕਦੇ ਵੀ ਨਹੀਂ ਸੀ, ਅਸੀਂ ਜਾਣਦੇ ਹਾਂ ਪਰੰਪਰਾ ਸਾਡੇ ਲਈ ਨਵੀਂ ਹੈ। ਮੱਧ ਕਾਲ ਦੇ ਵਿੱਚ ਸਾਡੀ ਪਰਫੋਰਮਿੰਗ ਆਰਟ ਦੀ ਸਾਰੀ ਪਰੰਪਰਾ ਢਹਿ ਢੇਰੀ ਹੋ ਗਈ, ਵਿਦੇਸ਼ੀ ਹਮਲਿਆਂ ਦੇ ਵਿੱਚ ਅਸੀਂ ਇੰਨੇ ਕੋਲ ਜਗੇ ਲਾਈਆਂ ਝਗੜਿਆਂ ਦੇ ਵਿੱਚ ਕਿ ਥੀਏਟਰ ਵਰਗਾ ਆਰਟ ਸ਼ਾਂਤੀ ਦੇ ਦੌਰ ਦੇ ਵਿੱਚ ਜ਼ਿਆਦਾ ਪ੍ਰਫੁੱਲਿਤ ਹੁੰਦਾ ਹੈ। ਨਹੀਂ, ਪਰ ਉਹਦੀ ਜਿਹੜੀ ਰਿਲੀਜੀਅਸ ਪੈਟਰਨਾਈਜੇਸ਼ਨ ਤਾਂ ਹੁੰਦੀ ਨਹੀਂ ਰਹੀ ਨਾ, ਜਿਵੇਂ ਮਤਲਬ ਕਿ ਜਦੋਂ ਆਪਾਂ ਹਜੇ ਬਚਪਨ 'ਚ ਸੀਗੇ ਅਤੇ ਉਦੋਂ ਸਾਰੇ ਕਸਬਿਆਂ 'ਚ ਰਾਮਲੀਲਾ ਵੀ ਹੁੰਦੀ ਸੀ ਅਤੇ ਰਾਸਲੀਲਾ ਵੀ ਹੁੰਦੀ ਸੀਗੀ, ਰਿਲੀਜੀਅਸ ਪੈਟਰਨਾਈਜੇਸ਼ਨ ਉਹ ਸੀਗੀ। ਥੀਏਟਰ ਆਰਟ ਉਸ ਤਰੀਕੇ ਦਾ ਨਹੀਂ ਬਚਿਆ ਜਿਹੜਾ ਕਿ ਸੋਸ਼ਲ ਥੀਏਟਰ ਆਰਟ ਜਿਸ ਨੂੰ ਕਹਿ ਸਕੀਏ, ਜਾਂ ਜਿਹਨੂੰ ਕਹਿ ਸਕਦੇ ਹਾਂ ਕਿ ਲਾਗੀ ਵਾਲਾ, ਜਾਂ ਬਈ ਤੂੰ ਮੈਨੂੰ ਖੁਸ਼ ਕਰ ਦੇ ਮੈਂ ਤੈਨੂੰ ਖੁਸ਼ ਕਰ ਦੂੰਗਾ, ਉਹੀ ਪਰੰਪਰਾ ਜਿਹੜਾ ਲੋਕ ਨਾਟਕ ਦੀ ਪਰੰਪਰਾ ਹੈਗੀ ਆ, ਚਾਹੇ ਬਾਜ਼ੀਗਰ ਹੋਣ ਚਾਹੇ ਉਹ ਨਕਲੀਏ ਹੋਣ, ਕਿ ਤੂੰ ਮੈਨੂੰ ਖੁਸ਼ ਕਰ ਮੈਂ ਤੈਨੂੰ ਖੁਸ਼ ਕਰ ਦੂੰਗਾ, ਉਹ ਪਰੰਪਰਾ ਬਚੀ ਹੋਈ ਸੀਗੀ ਤੇ ਸਾਡੇ ਸੁਭਾਅ ਦਾ ਪੰਜਾਬੀਆਂ ਦਾ ਹਿੱਸਾ ਹਾਲੇ ਬਣ ਨਹੀਂ ਸੀ ਪਾਇਆ। ਦੂਜਾ ਜਿਹੜਾ 100 ਸਾਲ ਦਾ ਪੰਜਾਬੀ ਨਾਟਕ ਹੈ ਨਾ, ਉਸਨੇ ਉਪਦੇਸ਼ ਚੰਗੀਆਂ ਵੈਲਿਊਜ਼ ਨੂੰ ਜਾਂ ਮੈਸੇਜ ਨੂੰ ਪ੍ਰੀਚ ਕਰਨਾ ਤਾਂ ਬਹੁਤ ਵਧੀਆ ਤਰੀਕੇ ਨਾਲ ਸਿੱਖ ਲਿਆ, ਉਹਨਾਂ ਨੇ ਦਰਸ਼ਕਾਂ ਨੂੰ ਨਾ ਇੰਟਰਟੇਨਮੈਂਟ ਜਮਾ ਨਹੀਂ ਦਿੱਤਾ। ਇਹ ਇੱਕ ਪ੍ਰੋਬਲਮ ਇਹ ਹੈ ਕਿ ਦਰਸ਼ਕ ਕਿਤੇ ਨਾ ਕਿਤੇ ਜਦੋਂ 1.5-2 ਘੰਟੇ ਲਈ ਇਕੱਠਾ ਹੋ ਕੇ ਤੁਹਾਡੇ ਥੀਏਟਰ ਹਾਲ ਦੇ ਵਿੱਚ ਆਉਂਦਾ, ਨਹੀਂ ਫਿਰ ਉਹ ਐਂਟਰਟੇਨਮੈਂਟ ਕਰਦਿਆਂ ਕਰਦਿਆਂ ਉਹ ਫਿਰ ਬਹੁਤ ਬਦਨਾਮ, ਹੁਣ ਤਾਂ ਹਾਲਾਂਕਿ ਬਹੁਤ ਪਿੱਛੇ ਰਹਿ ਗਿਆ ਮੈਂ ਕਿ ਸਪਰੂ ਥੀਏਟਰ। ਨਹੀਂ ਨਹੀਂ, ਸਾਨੂੰ ਇੱਕ ਬੈਲੈਂਸ ਬਣਾਉਣਾ ਪਊਗਾ। ਹਾਂ, ਸਾਰਾ ਅਮੈਰੀਕਾ, ਸਾਰਾ ਕੈਨੇਡਾ, ਸਾਰਾ ਇੰਗਲੈਂਡ ਜਿਹੜਾ ਥੀਏਟਰ ਇਸ ਵੇਲੇ ਕਰ ਰਿਹਾ ਉਹਦੇ ਵਿਚਕਾਰ ਵਿਚਾਰ
ਤੇ ਮਨੋਰੰਜਨ ਦੋਨਾਂ ਦੀ ਨਾ ਉਹ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਗੋਲ ਗੁੰਦ ਗੁੱਡ ਕਾਕਟੇਲ। ਹਾਂ ਇਹ ਤੁਹਾਨੂੰ ਗੁੱਡ ਕਾਕਟੇਲ ਬਣਾਉਣੀ ਪਊਗੀ, ਇਹਦੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਤੁਸੀਂ ਮੇਰੇ ਨਾਟਕ ਦੇ ਉੱਪਰ ਜਦੋਂ ਦਰਸ਼ਕ ਦੇਖਣ ਆਏ, ਮੈਂ ਅਸੀਂ ਦਰਸ਼ਕਾਂ ਨੂੰ ਅਪੀਲ ਹੀ ਕੀਤੀ ਸੀ ਕਿ ਸਾਨੂੰ ਯਾਰ ਸਾਡੇ ਕੋਲ ਪੈਸੇ ਹੈ ਨਹੀਂ, ਸਰਕਾਰ ਨੇ ਸਪੋਂਸਰਸ਼ਿਪ ਸਾਨੂੰ ਮਿਲੀ ਨਹੀਂ, ਤੁਸੀਂ ਸਾਨੂੰ ਪੈਸੇ ਦੇ ਦਿਓ। ਸਾਨੂੰ ਇੱਕ ਸਰਕਾਰ ਜਿੰਨੇ ਪੈਸੇ ਦਰਸ਼ਕਾਂ ਨੇ ਕਿਊ ਆਰ ਕਰਤੇ ਉਸੇ ਵੇਲੇ ਕਿਊ ਆਰ ਕੋਡ ਤੋਂ ਹੀ ਕਰਤੇ, ਅਸੀਂ ਇੰਨੇ ਪੈਸੇ, ਸਾਡਾ ਪੂਰਾ ਹੌਂਸਲਾ ਬੁਲੰਦ ਹੈ ਕਿ ਅਸੀਂ ਚੰਡੀਗੜ੍ਹ ਜਿੰਨੇ ਮਰਜ਼ੀ ਸ਼ੋਅ ਕਰੀ ਚੱਲੀਏ, ਦਰਸ਼ਕਾਂ ਨੂੰ ਕਹਿਣਾ ਦਰਸ਼ਕਾਂ ਨੇ ਸਾਨੂੰ ਪੈਸੇ ਦੇ ਦੇਣੇ, ਕਿਉਂ ਅਸੀਂ ਆਈਡੀਏ ਦੇ ਨਾਲ ਨਾਲ ਅਸੀਂ ਉਹਨਾਂ ਨੂੰ ਥੋੜ੍ਹਾ ਜਿਹਾ ਬੋਰ ਨਹੀਂ ਕੀਤਾ, ਇੰਟਰਟੇਨਮੈਂਟ ਵੀ ਕੀਤਾ, ਉਹਨਾਂ ਨੂੰ ਹਸਾਇਆ ਵੀ, ਇਮੋਸ਼ਨਲ ਵੀ ਕੀਤਾ, ਭਾਵੇਂ ਫਿਲਮ ਜਿੰਨੇ ਸਾਰੇ ਐਲੀਮੈਂਟ ਉਹਨਾਂ ਨੂੰ ਦਿੱਤੇ। ਜੇ ਪੰਜਾਬੀ ਨਾਟਕ ਇਹ ਸਾਰੇ ਐਲੀਮੈਂਟ ਦੇਣੇ ਸਿੱਖ ਲੂਗਾ ਨਾ, ਤੁਸੀਂ ਦੇਖੋ ਬਹੁਤੇ ਪੰਜਾਬੀ ਦੇ ਨਾਟਕ ਨਾਰਾ ਮਾਰਦੇ ਨੇ, ਵੱਡੇ ਵੱਡੇ ਲੈਕਚਰ ਦਿੰਦੇ ਨੇ ਜੀ। ਪਰ ਇੱਕ ਮੈਂ ਚਲੋ ਇਹ ਵੀ ਆਰਥਿਕਤਾ ਨਾਲ ਜੁੜਿਆ ਮਸਲਾ ਹੈ ਕਿ ਬਹੁਤ ਸਾਰੇ ਬੰਦਿਆਂ ਨੂੰ ਇਕੱਠੇ ਕਰਨਾ, ਫਿਰ ਉਹਨਾਂ ਦਾ ਆਉਣ ਜਾਣ ਦਾ ਕਿਰਾਇਆ ਭਾੜਾ, ਫਿਰ ਉਹਨਾਂ ਨੂੰ ਪੇਮੈਂਟਸ ਕਰਨੀਆਂ, ਉਹਦੇ 'ਚੋਂ ਪਿਛਲੇ ਕੁਝ ਸਮੇਂ 'ਚ ਸੋਲੋ ਨਾਟਕ ਬਹੁਤ ਹੋ ਗਿਆ। ਮੈਂ ਕਹਿੰਦਾ ਵੀ ਸੋਲੋ ਨਾਟਕ ਦੀ ਜਿਹੜੀ ਤਕਨੀਕ ਆ ਉਹ ਬੇਸਿਕਲੀ ਸਾਡੀ ਸਾਡੀ ਕਿਸੇ ਕਲਾਤਮਕ ਲੋੜ ਚੋਂ ਨਿਕਲਣ ਦੀ ਬਜਾਏ ਇਉਂ ਲੱਗ ਰਿਹਾ ਕਿ ਸਾਡੀ ਥੀਏਟਰ ਦੀ ਲੋੜ ਚੋਂ ਨਿਕਲੀ, ਜਾਂ ਕਹਿ ਲਓ ਕਿ ਮਾੜੀ ਆਰਥਿਕਤਾ ਚੋਂ ਨਿਕਲੀ, ਕੋਈ ਦੋ ਰਾਏ, ਕਿਉਂਕਿ ਬਾਹਰ ਬਾਹਰ ਗੇੜਾ ਲੱਗ ਜਾਂਦਾ, ਬੜੇ ਪੈਸੇ ਮਿਲ ਜਾਂਦੇ, ਇੱਕ ਹੀ ਬੰਦਾ ਹੁੰਦਾ, ਉਹਨੂੰ ਲੋੜ ਨਹੀਂ ਹੁੰਦੀ ਕਿਸੇ ਦੀ, ਇਕੱਲਾ ਜਾ ਕੇ ਥੀਏਟਰ ਕਰ ਜਾਂਦਾ, ਪ੍ਰਬੰਧਕਾਂ ਨੂੰ ਵੀ ਸੌਖਾ ਇੱਕ ਬੰਦੇ ਦੀ ਟਿਕਟ ਦੇਣੀ। ਤਾਂ ਬੇਸਿਕਲੀ ਮੈਨੂੰ ਲੱਗਦਾ ਕਿ ਇਹ ਆਰਥਿਕਤਾ ਚੋਂ ਨਿਕਲ ਰਹੀ ਹੈ, ਕਲਾਤਮਕ ਐਕਸਪੈਰੀਮੈਂਟ ਚੋਂ ਨਹੀਂ ਨਿਕਲ ਰਹੀ ਇਸ ਨਹੀਂ। ਪਰ ਉਹ ਤਾਂ ਹਿਸਟਰੋਨਿਕਸ ਦਾ ਹੀ ਇੱਕ ਵੱਡਾ ਰੂਪ ਹੋ ਗਿਆ ਹੈ ਨਾ, ਮਿਮਿਕਰੀ ਦਾ ਵੱਡਾ ਰੂਪ ਹੋ ਗਿਆ, ਪਰ ਉਹ ਥੀਏਟਰ ਤਾਂ ਨਹੀਂ ਨਾ, ਉਹਨੂੰ ਟੋਟਲ ਥੀਏਟਰ ਤਾਂ ਨਹੀਂ ਨਾ ਕਹਿ ਸਕਦਾ। ਅੱਛਾ ਇੱਕ ਮੈਂ ਵੱਖਰੇ ਤੌਰ ਦੀ ਗੱਲ ਕਰਨੀ ਚਾਹੁੰਦਾ, ਕਿਉਂਕਿ ਉਹ ਵੀ ਕਿਸੇ ਨਾ ਕਿਤੇ ਆਰਥਿਕਤਾ ਨਾਲ ਹੀ ਜੁੜੀ ਹੋਈ ਆ, ਕਿ ਅਸੀਂ ਕਿੰਨੀ ਵੀ ਦਰਸ਼ਕ ਪੈਸੇ ਇਕੱਠੇ ਕਰ ਲੈਣ ਅਤੇ ਵੱਡਾ ਜੇ ਟੋਲੀ ਹੋਵੇ ਤਾਂ ਉਹ ਓਨੀ ਪੇ ਨਹੀਂ ਕਰ ਸਕਦਾ ਆਪਣੇ ਅਦਾਕਾਰਾਂ ਨੂੰ, ਜਦੋਂ ਕਿ ਫਿਲਮ ਇਸ ਵੇਲੇ ਪੇ ਕਰ ਰਹੀ ਆ, ਫਿਲਮ ਪੇ ਕਰਦੀ ਆ। ਤਾਂ ਸਾਡਾ ਜਿਹੜਾ ਅਦਾਕਾਰ ਆ ਉਹ ਛੇਤੀ ਤੋਂ ਛੇਤੀ ਫਿਲਮ ਵੱਲ ਜਾਣਾ ਚਾਹ ਰਿਹਾ ਜਾਂ ਜਾਂਦਾ ਜਾਂਦਾ। ਇੱਕ ਇਹ ਆ ਕਿ ਬੰਦੇ ਦੇ ਅੰਦਰ ਲੋੜ ਮਹਿਸੂਸ ਹੁੰਦੀ ਕਿ ਮੈਨੂੰ ਹੁਣ ਨਵਾਂ ਮਾਧਿਅਮ ਦੀ ਲੋੜ ਆ ਤਾਂ ਫਿਲਮ ਵੱਲ ਜਾਂਦਾ। ਇੱਕ ਇਹ ਕਿ ਪੈਸੇ ਖਾਤਰ ਫਿਲਮ ਵੱਲ ਜਾਂਦਾ। ਤੁਸੀਂ ਵੀ ਫਿਲਮ ਵੱਲ ਆਏ, ਚਾਹੇ ਉਹ ਸੈਵਨ ਸਟੂਪੜ ਹੋਵੇ, ਚਾਹੇ ਉਹ ਲਾਵਾਂ ਫੇਰੇ ਹੋਣ। ਲਾਵਾਂ ਫੇਰੇ ਆ, ਮੈਨੂੰ ਲੱਗਦਾ ਕਿ ਜਿਹੜਾ ਸਟੂਪੜ ਵਾਲੀ ਫਿਲਮ ਸੀਗੀ ਉਹ ਤੁਹਾਡੇ ਮਨ ਦੀ ਕ੍ਰੀਏਸ਼ਨ ਸੀ। ਲਾਵਾਂ ਫੇਰੇ ਆ ਜਿਹੜਾ ਉਹ ਕਹਿ ਸਕਦੇ ਆ ਪ੍ਰੋਫੈਸ਼ਨਲ ਜਾਂ ਕਮਰਸ਼ੀਅਲ ਜਾਂ ਉਹ ਇੱਕ ਪ੍ਰੋਜੈਕਟ ਸੀਗਾ। ਦੋਵਾਂ ਦੇ ਐਕਸਪੀਰੀਅੰਸ ਨੂੰ ਕਿਵੇਂ ਮਹਿਸੂਸ ਕਰਦੇ ਆ ਹੁਣ? ਦੇਖੋ ਦੋਨੋਂ ਹੀ ਸਿਨੇਮਾ, ਭਾਵੇਂ ਉਹ ਮੈਂ ਸੁਪਰ 7 ਕੀਤੀ, ਭਾਵੇਂ ਲਾਵਾਂ ਫੇਰੇ ਲਿਖੀ, ਮੈਂ ਉਹ ਆਫਕੋਰਸ ਉੱਧਰੋਂ ਪੈਸਾ ਮਿਲਦਾ, ਉੱਧਰ ਸੈਟਿਸਫੈਕਸ਼ਨ ਨਹੀਂ ਮਿਲਦੀ ਡਾਕਟਰ ਸਾਹਿਬ, ਮੈਂ ਤੁਹਾਨੂੰ ਸਾਫ ਦੱਸਾਂ। ਉੱਥੇ ਕੰਮ ਕਰਕੇ ਕੋਈ 7 ਸਟੂਪਿਡ ਵਿੱਚ ਵੀ ਨਹੀਂ ਮਿਲੀ, ਜਦੋਂ ਪੈਸੇ ਹੀ ਨਹੀਂ ਮਿਲੇ ਤੁਹਾਡੀ ਜੇਬ 'ਚੋਂ 1 ਕਰੋੜ ਰੁਪਇਆ ਉੜ ਗਿਆ, ਤੁਸੀਂ ਕਿਵੇਂ ਕਹੋਗੇ ਸੈਟਿਸਫੈਕਸ਼ਨ ਮਿਲੀ? ਇੰਨੇ ਪੈਸੇ ਜੇਬ 'ਚ ਲਾ ਕੇ ਸੈਟਿਸਫੈਕਸ਼ਨ ਨਹੀਂ ਲੱਭੀ ਜਾ ਸਕਦੀ, ਉਹਦੇ ਨਾਲੋਂ ਕਿਤੋਂ ਨਹੀਂ ਜੇ ਕੋਈ ਹੋਰ ਦੇ ਫੁੱਲ ਚੜੀਆਂ ਚੜਾਉਣ ਨੂੰ। ਹਾਂ ਤੁਸੀਂ ਮੰਨ ਕੇ ਚੱਲੋ ਉੱਥੇ ਇੰਨੇ ਕੁ ਪ੍ਰੈਸ਼ਰ ਹੁੰਦੇ ਆ ਪ੍ਰੋਡਕਸ਼ਨ ਦੇ, ਦਰਸ਼ਕਾਂ ਦੇ, ਕਿ ਉੱਥੇ ਸਿਨੇਮਾ ਕਰਨਾ ਬਹੁਤ, ਉੱਥੇ ਕ੍ਰੀਏਟਿਵ ਸੈਟਿਸਫੈਕਸ਼ਨ ਨਹੀਂ ਮਿਲਦੀ, ਇੰਨੀਆਂ ਚਲਾਕੀਆਂ ਕਰਨੀਆਂ ਪੈਂਦੀਆਂ, ਥੋੜ੍ਹੇ ਜਿਹੇ ਪੰਚ ਪਾ ਦਿਓ, ਆਵੇਂ ਪਾ ਦਿਓ, ਅਨਸੈਸਰੀ ਚੀਜ਼ਾਂ ਬਣਾ ਕੇ ਅਸੀਂ ਇੱਕ ਗੁੱਡ ਕਾਕਟੇਲ ਉੱਥੇ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਉੱਥੇ ਕ੍ਰੀਏਟਿਵ ਸੈਟਿਸਫੈਕਸ਼ਨ ਨਹੀਂ ਮਿਲਦੀ ਜਿਹੜੀ ਥੀਏਟਰ 'ਚ ਮਿਲਦੀ ਹੈ, ਪਰ ਉੱਥੇ ਪੈਸਾ ਮਿਲਦਾ, ਪੈਸੇ ਲਈ ਸਿਨੇਮਾ ਕਰਨਾ ਪੈਂਦਾ ਔਰ ਉੱਥੋਂ ਮਿਲਦੇ ਆ, ਅੱਜ ਵੀ ਮਿਲਦੇ ਆ, ਮੈਂ ਉਹਨਾਂ ਲਈ ਲਿਖਦਾ ਤਾਂ ਪੈਸੇ ਮਿਲ ਜਾਂਦੇ ਆ। ਤਾਂ ਹੁਣ ਮੈਂ ਜਦੋਂ ਰਿਟਾਇਰ ਹੋ ਜਾਊਂਗਾ ਮੇਰੇ ਕੋਲ ਕਿਹੜਾ ਪੈਨਸ਼ਨ ਹੈ? ਆਫਕੋਰਸ ਮੈਨੂੰ ਸਿਨੇਮੇ ਲਈ ਲਿਖਣਾ ਪਊਗਾ ਉਸ ਲਈ, ਤਾਂ ਕੋਈ ਨਹੀਂ ਥੀਏਟਰ ਵਧੀਆ, ਤੁਹਾਨੂੰ ਥੀਏਟਰ ਜਿਉਂਦਾ ਕਰ ਦਿੰਦਾ, ਤੁਹਾਨੂੰ ਇੱਕ ਨਾਟਕ ਇੱਕ ਨਾ ਤੁਹਾਡੇ ਸਮਕਾਲੀ ਹੋਰ ਅਦਾਕਾਰ ਆ, ਡਾਇਰੈਕਟਰ ਵੀ ਆ, ਸੈਮੂਅਲ ਜੌਨ, ਉਹ ਇੱਕ ਗੱਲ ਕਹਿੰਦਾ,
ਉਹ ਕਹਿੰਦਾ ਕਿ ਬਈ ਮੈਂ ਸਿਨੇਮਾ ਜਦੋਂ ਕਰਦਾ ਨਾ ਮੈਨੂੰ ਇਉਂ ਮਹਿਸੂਸ ਹੁੰਦਾ ਕਿ ਮੈਂ ਨਾ ਜਿਵੇਂ ਉਹ ਕਹਿੰਦਾ ਆਪਣੇ ਆਪ ਨੂੰ ਕਿ ਮੈਂ ਦਿਹਾੜੀਦਾਰ ਬੰਦਾ, ਮੈਂ ਦਿਹਾੜੀ ਕਰਨੀ ਹੈ ਚਾਹੇ ਉਹ ਇੱਟਾਂ ਸਟਾ ਲਏ ਅਤੇ ਚਾਹੇ ਉਹ ਮਾ ਕੇ ਕਹਿ ਦੇਵੇ ਕਿ ਨਹੀਂ ਭਾਈ ਅੱਜ ਤਾਂ ਮਿੱਟੀ ਚੱਕਣੀ ਹੈ, ਮੈਂ ਮਿੱਟੀ ਚੱਕ ਦੂੰ, ਮੈਂ ਇੱਟਾਂ ਸਿੱਟ ਦੂੰ। ਸਹੀ ਇਹੀ ਹੁੰਦਾ ਉੱਥੇ। ਅਤੇ ਜਦੋਂ ਮੈਂ ਕਹਿੰਦਾ ਥੀਏਟਰ ਕਰਦਾ ਅਤੇ ਉਦੋਂ ਮੈਂ ਆਪਣੀ ਰੂਹ ਨਾਲ ਕਰਦਾ ਕਿ ਜੋ ਮੈਂ ਕਰਨਾ ਚਾਹ ਰਿਹਾ ਮੈਂ ਉਹ ਕਰਦਾ ਥੀਏਟਰ ਦਾ ਹੀ। ਮੈਂ ਲਾਵਾਂ ਫਿਰ ਲਿਖੀ ਦੋ ਤਿੰਨ ਥਾਵਾਂ 'ਤੇ, ਉੱਥੋਂ ਫੋਨ ਆ ਰਿਹਾ ਮਾਰੀਸ਼ਸ 'ਚ, ਮੈਂ ਨਾਲ ਨਹੀਂ ਜਾ ਸਕਿਆ ਉੱਥੇ। ਮੈਨੂੰ ਮਾਰੀਸ਼ਸ ਤੋਂ ਭਾਜੀ ਅਜੇ ਇੱਕ ਪੰਚ ਫਸ ਗਿਆ ਕਿ ਪੰਚ ਦੱਸੋ, ਮੈਂ ਕਰੇ ਬੱਚਿਆਂ ਨਾਲ ਕਿਸੇ ਗੱਲ 'ਤੇ ਲੜ ਰਿਹਾ, ਉਹ ਕਹਿ ਰਿਹਾ ਸਾਡਾ ਸ਼ੌਕ ਹੋ ਗਿਆ ਵਾ, ਤੁਸੀਂ ਅਸੀਂ ਘਰੇ ਪੂਰੀ ਟੈਨਸ਼ਨ 'ਚ ਬੈਠੇ ਹਾਂ, ਪੂਰਾ ਦਿਮਾਗ ਖਰਾਬ ਹੋਇਆ ਵਾ, ਅਤੇ ਉੱਧਰੋਂ ਉਹ ਉਹਨਾਂ ਦਾ ਫੋਨ ਆ ਰਿਹਾ ਭਾਜੀ ਪੰਚ ਦੱਸੋ, ਪੰਚ ਦੱਸੋ। ਔਰ ਉੱਥੇ ਕੋਈ ਤੁਹਾਡੇ ਕੋਲ ਅਲਟਰਨੇਟ ਨਹੀਂ, ਤੁਹਾਨੂੰ ਉੱਥੇ ਬਸ ਫਿਰ ਠੀਕ ਹੈ ਭਾਜੀ 10 ਮਿੰਟ ਦਿਓ। ਘਰੋਂ ਨਿਕਲ ਕੇ ਪਾਰਕ ਗਿਆ, ਸੈਰ ਕੀਤਾ, ਇੰਨੀ ਟੈਨਸ਼ਨ ਦੇ ਵਿੱਚ ਤੁਹਾਨੂੰ ਉੱਥੇ ਕਰਨਾ ਪੈਂਦਾ ਕੰਮ, ਉੱਥੇ ਦਿਹਾੜੀਦਾਰ ਵਾਲਾ ਕੰਮ, ਕੋਈ ਖੁਸ਼ੀ ਨਹੀਂ ਹੈਗੀ। ਪੰਚ ਹੈ, ਮੈਂ ਪੰਚ ਭੇਜੂੰਗਾ, ਹੌਸਲਾ ਉੱਥੇ ਗਾ, ਕੋਈ ਬੰਦਾ ਆ ਕੇ ਕੱਟ ਦੇਵੇ, ਨਹੀਂ ਜੀ ਭਾਜੀ ਸਾਨੂੰ ਪਸੰਦ ਨਹੀਂ ਆਇਆ। ਉੱਥੇ ਤਾਂ ਤੁਹਾਡੀ ਰਾਈਟਰ ਦੀ ਐਕਟਰ ਦੀ ਕੋਈ ਵੈਲਿਊ ਨਹੀਂ। ਚਲੋ ਕਦੇ ਇਹੋ ਜਿਹਾ ਮਨ 'ਚ ਡਰੀਮ ਆਇਆ ਕਿ ਹੋ ਸਕਦਾ ਕੋਈ ਬੰਦਾ ਜਿਹਨੂੰ ਕਹਿੰਦੇ ਤੁਹਾਡੀ ਪ੍ਰਤਿਭਾ 'ਤੇ ਦਾ ਖੇਡਣ ਨੂੰ ਤਿਆਰ ਹੋਵੇ ਕਿ ਬਈ ਚੱਕ ਪਾਲੀ ਜਿਹਨੇ ਪੈਸੇ ਲੈਣੇ ਲੈ ਲਾ, ਅਤੇ ਪਰ ਫਿਲਮ ਐਂ ਬੰਬ ਬਣਾ ਦੇ। ਹਾਂ ਬੰਬ ਹੀ ਬਣਾਊਂਗਾ, ਮੈਂ ਕੋਈ ਐਕਸਪੈਰੀਮੈਂਟ ਨਹੀਂ ਕਰੂੰਗਾ, ਮੈਂ ਚਾਹੂੰਗਾ ਮੇਰੇ ਪ੍ਰੋਡਿਊਸਰ ਦੇ ਪੈਸੇ ਵਾਪਸ ਆ ਜਾਣ। ਹੁਣ ਗੁਰਮੁਖ ਬਣਾਈ ਹੈਗੀ, ਬਹੁਤ ਵਧੀਆ ਫਿਲਮ ਬਣੀ ਹੈ, ਪ੍ਰੋਡਿਊਸਰ ਆਰ ਹੈਪੀ, ਉਹ ਮੰਨ ਕੇ ਚੱਲਦੇ ਕਿ ਫਿਲਮ ਸਾਡੀ ਚੱਲੂਗੀ, ਸਾਨੂੰ ਪੈਸੇ ਵਾਪਸ ਮੋੜੂਗੀ, ਤਾਂ ਮੈਂ ਹੁਣ ਇਹੋ ਜਿਹਾ ਐਕਸਪੈਰੀਮੈਂਟ ਨਹੀਂ ਕਰਾਂ, ਮੈਂ ਆਪਣਾ ਸੱਪ ਕੱਢਣਾ, ਮੈਂ ਚਾਹੂੰਗਾ ਕਿ ਦਰਸ਼ਕ ਫਿਲਮ ਨੂੰ ਦੇਖ ਲੈਣ, ਪ੍ਰੋਡਿਊਸਰ ਦੇ ਪੈਸੇ ਵਾਪਸ ਆ ਜਾਣ। ਇਹ ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ ਕਿਸੇ ਫਿਲਮ ਦੀ। ਇਸ ਸਾਲ ਦੇ ਵਿੱਚ ਹੁਣ ਤੱਕ ਡਾਕਟਰ ਸਾਹਿਬ 26 ਫਿਲਮਾਂ ਰਿਲੀਜ਼ ਹੋਈਆਂ, ਇੱਕ ਨੇ ਪੈਸੇ ਪੂਰੇ ਨਹੀਂ ਕੀਤੇ। ਐਦਾਂ ਸਿਨੇਮਾ ਸਰਵਾਈਵ ਨਹੀਂ ਕਰ ਸਕਦਾ। ਪਤਾ ਨਹੀਂ ਸਵਾਲ ਪੁੱਛਣਾ ਚਾਹੀਦਾ ਕਿ ਨਹੀਂ, ਪਰ ਮੈਂ ਤਾਂ ਇਹਨੂੰ ਜਿਹਨੂੰ ਕਹਿੰਦੇ ਵੀ ਘਰੇਲੂ ਗੱਲ ਹੀ ਆ, ਸਿਰਫ ਰਿਕਾਰਡ ਵੀ ਹੋ ਰਹੀਆਂ ਨਾਲ, ਪੈਸੇ ਪੂਰੇ ਨਹੀਂ ਹੋ ਰਹੇ, ਇਸ ਬਾਵਜੂਦ ਪੈਸੇ ਲੋਕ ਲਾ ਰਹੇ ਆ। ਨਿਸ਼ਚੇ ਜਿਹੜੇ ਲੋਕ ਪੈਸੇ ਲਾ ਰਹੇ ਆ, ਉਹ ਇੱਕ ਜ਼ਮਾਨਾ ਸੀ ਕਿ ਜਦੋਂ ਲੋਕ ਪੈਸੇ ਇਸ ਕਰਕੇ ਲਾਉਂਦੇ ਸੀ ਕਿ ਉਹ ਖੁਦ ਨੂੰ ਸਕਰੀਨ 'ਤੇ ਦੇਖਣਾ ਚਾਹੁੰਦੇ ਸੀ। ਹੁਣ ਉਹ ਟਰੈਂਡ ਤਾਂ ਘੱਟ ਗਿਆ ਕਿ ਬੰਦੇ ਹੁਣ ਇਹਦੇ 'ਚੋਂ ਪੈਸਾ ਕਮਾਉਣਾ ਚਾਹੁੰਦੇ ਆ, ਪਰ ਪੈਸਾ ਇਹ ਵੀ ਪਤਾ ਹੈ ਕਿ ਇਹ 'ਚ ਡੁੱਬੂ ਬਹੁਤ, ਇਹ ਜੂਆ ਲੋਕ ਕਿਉਂ ਖੇਡਦੇ ਆ। ਉਹਦੇ ਦੋ ਕਾਰਨ ਆ ਵੱਡੇ, ਬਹੁਤੇ ਬੰਦੇ ਅਨਨੋਨ ਹੁੰਦੇ ਆ, ਉਹ ਹੋਰ ਬਿਜ਼ਨਸ ਕਰ ਰਹੇ ਹੁੰਦੇ ਆ, ਕੋਈ ਪ੍ਰੋਪਰਟੀ ਦਾ ਕੰਮ ਕਰ ਰਿਹਾ, ਕੋਈ ਬਿਲਡਰ ਹੈ, ਕੋਈ ਵੱਡੀ ਫੈਕਟਰੀ ਵਾਲਾ, ਤਾਂ ਉਹ ਸ਼ੌਕ ਦੇ ਲਈ ਇਸ ਲਾਈਨ 'ਚ ਆ ਜਾਂਦੇ ਆ। ਕਈਆਂ ਨੇ ਆਪਣੇ ਜਵਾਕ ਲਾਂਚ ਕਰਨੇ ਹੁੰਦੇ ਆ, ਕਈ ਸ਼ੌਕ ਦੇ ਲਈ ਆ ਜਾਂਦੇ ਆ। ਇੱਕ ਬਹੁਤ ਵੱਡੀ ਗੇਮ ਚੱਲਦੀ ਵੀ ਆ ਵਾਈਟ ਮਨੀ ਬਲੈਕ। ਹਾਂ, ਮੈਂ ਉਹਦੀ ਗੱਲ ਹੀ ਕਰਨਾ ਚਾਹ ਰਿਹਾ, ਮੈਂ ਤਾਂ ਹੀ ਪਹਿਲਾਂ ਤੁਹਾਨੂੰ ਕਿਹਾ ਵੀ ਪਤਾ ਨਹੀਂ ਇਹ ਗੱਲ ਕਰਨੀ ਚਾਹੀਦੀ ਕਿ ਨਹੀਂ। ਇਹ ਓਪਨ ਹੋ ਚੁੱਕੀ ਹੈ, ਇਹ ਗੱਲ ਮੇਰੇ ਨਾਂ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਬਹੁਤ ਸਾਰਾ ਵਾਈਟ ਬਲੈਕ ਮਨੀ ਇਸ ਇੰਡਸਟਰੀ ਦੇ ਵਿੱਚ ਇਨਵੋਲਵ ਹੋ ਚੁੱਕੀ ਹੈ, ਉਸ ਨੂੰ ਵਾਈਟ ਕਰ ਨਹੀਂ। ਵੇਖੋ, ਪਹਿਲਾਂ ਇਹ ਕਹਿੰਦੇ ਸੀ ਨਾ ਵੀ ਹਿੰਦੀ ਫਿਲਮਾਂ ਦੇ ਵਿੱਚ ਤਾਂ ਹੈ ਪਰ ਪੰਜਾਬੀ ਫਿਲਮਾਂ 'ਚ ਨਹੀਂ ਆ। ਨਹੀਂ, ਪੰਜਾਬੀ 'ਚ ਬਹੁਤ ਜ਼ਿਆਦਾ, ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਪੈਸਾ। ਮਤਲਬ 10 ਰੁਪਏ ਦੀ ਫਿਲਮ ਬਣਦੀ ਆ, 20 ਰੁਪਏ ਦੀ ਡਿਕਲੇਅਰ ਕੀਤੀ ਜਾਂਦੀ ਹੈ, ਉਹਦੇ ਵਿੱਚ ਕਿੱਥੇ ਕਿੱਥੇ ਕੀ ਐਡਜਸਟਮੈਂਟਾਂ ਹੁੰਦੀਆਂ, ਇਹ ਬਹੁਤ ਜ਼ਿਆਦਾ ਪੰਜਾਬੀ 'ਚ ਵੀ ਹੋ ਚੁੱਕਿਆ। ਯਾਨੀ ਕਿ ਰੌਲਾ ਤਾਂ ਆ ਕਿ ਵੀ ਜੇ ਬਲੈਕ ਮਨੀ ਮਾ ਕੇ ਇਹ 2 ਕਰੋੜ ਡੁੱਬ ਗਿਆ ਤਾਂ ਡੁੱਬ ਗਿਆ, ਜੇ 2 ਕਰੋੜ ਨੇ ਮਤਲਬ ਕਿ 5 ਕਰੋੜ ਵਾਈਟ ਬਣਾ ਕੇ ਰੱਖਤਾ ਤਾਂ ਪਾਉਂ 12, ਜੇ ਤੀਜੀ ਚੌਥੀ ਫਿਲਮ 20 ਬਣਾ ਦੇਵੇ। ਹਾਂ, ਤਾਂ ਬਸ ਇਹੀ ਚੱਲਦਾ ਪਿਆ, ਮਤਲਬ ਕਿ ਇਹ ਗੇਮ ਸਾਰੀ ਚੱਲਦੀ ਪਈ ਆ। ਔਰ ਕਈ ਪ੍ਰੋਡਿਊਸਰ ਇਹੋ ਜਿਹੜੇ ਬਾਹਰ ਸ਼ੂਟਿੰਗ ਕਰਨ ਜਾਂਦੇ ਹੈਗੇ, ਉੱਥੇ ਕਬੂਤਰਬਾਜੀ ਅੱਜ ਵੀ ਨਹੀਂ ਰੁਕੀ ਹੋਈ, ਇਹੋ ਜਿਹੇ ਵੀ ਪੈਸੇ ਫੰਡੇ, ਉੱਧਰੋਂ ਵੀ ਬਹੁਤ ਪੈਸਾ ਆਉਂਦਾ। ਕਾਫੀ ਕੁਛ ਇੰਡਸਟਰੀ 'ਚ ਚੱਲਦਾ ਪਿਆ, ਬਹੁਤ ਘੱਟ ਮੇਕਰ ਹੈਗੇ ਜਿਹੜੇ ਬਹੁਤ ਸਾਫ਼ ਸੁਥਰਾ ਕੰਮ ਕਰਦੇ ਆ ਔਰ ਫਿਲਮ ਓਰੀਐਂਟਡ ਹੀ ਹੁੰਦੇ ਆ, ਬਹੁਤ ਹਰ ਕੋਈ ਵਰਨਾ ਕੋਈ ਨਾ ਕੋਈ ਇੱਧਰੋਂ ਨਾ ਇੱਧਰੋਂ ਜੁਗਾੜ ਕਰ ਰਿਹਾ।
ਅਲੀ ਜੀ ਤੁਸੀਂ ਬਹੁਤ ਖੁੱਲ੍ਹ ਕੇ ਬੇਬਾਕੀ ਨਾਲ ਗੱਲਾਂ ਕੀਤੀਆਂ, ਗੱਲਾਂ ਮੈਂ ਹੋਰ ਵੀ ਕਰਨੀਆਂ ਚਾਹੁੰਦਾ ਪਰ ਤੁਸੀਂ ਸ਼ਾਇਦ ਰਹਿਸਲ 'ਤੇ ਜਾਣਾ, ਇਸ ਕਰਕੇ ਵਾਰ ਵਾਰ ਤੁਸੀਂ ਵੇਖ ਰਹੇ ਹਾਂ ਫੋਨ।